ਮਿਤੀ ਜੀ ਪ੍ਰੋਗਰਾਮ ਵਿੱਚ ਵੈਲਕਮ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਪੰਜਾਬੀ ਬੋਲੋਗੇ? ਹਾਂਜੀ। ਤੁਸੀਂ ਦੱਸੋ ਕਿ ਤੁਹਾਡਾ ਜੰਪਰ ਕਿੱਥੋਂ ਹੈ ਮਿਤੀ ਜੀ? ਦਿੱਲੀ ਤੋਂ। ਦਿੱਲੀ ਤੋਂ। ਪੰਜਾਬੀ ਖੂਬ ਬੋਲਦੇ ਹੋ? ਪੰਜਾਬੀ ਮੈਂ ਕੈਨੇਡਾ ਆ ਕੇ ਸਿੱਖੀ ਆ, ਕਿਉਂਕਿ ਸਾਰੇ ਹਿੰਦੀ ਬੋਲਦੇ ਆ ਘਰੇ ਵੀ, ਐਂਡ ਉਦਾਂ ਵੀ ਲਾਈਕ ਦਿੱਲੀ 'ਚ ਸਾਰੇ ਹਿੰਦੀ ਬੋਲਦੇ ਆ। ਤਾਂ ਮੈਨੂੰ ਇੱਥੇ ਆਏ ਹੋਏ 5 ਸਾਲ ਹੋ ਗਏ, ਤੇ ਮੈਂ ਜਦੋਂ ਇੰਡਸਟਰੀ 'ਚ ਆਈ ਪੰਜਾਬੀ ਇੰਡਸਟਰੀ 'ਚ, ਉਦੋਂ ਮੈਂ ਪੰਜਾਬੀ ਸਿੱਖੀ। ਮੈਨੂੰ ਪਤਾ ਕਿ ਯੂ ਆਰ ਵਿਦ ਸੋ ਮੈਨੀ ਫੋਲੋਅਰਸ, ਤੇ ਤੁਹਾਡੇ ਬਹੁਤ ਜਾ ਰਹੇ ਨੇ। ਹਾਂਜੀ। ਕੰਗਣਾ ਨਾਲ ਜਾ ਰਹੇ ਫੋਲੋਅਰਸ ਨੇ? ਇਹ ਤਾਂ ਨਹੀਂ ਪਤਾ। ਆਈ ਡੋਟ ਨੋ, ਡੂ ਰਿਸਪੈਕਟ ਯੂ ਲਾਟ। ਜਿਹਨਾਂ ਦੇ ਸੋ ਮੈਨੀ ਰੀਜ਼ਨ, ਇੱਕ ਤਾਂ ਤੁਸੀਂ ਅੱਜ ਸ਼ੋਅ ਵਿੱਚ ਆਏ ਹੋ, ਤੁਹਾਡਾ ਮਤਲਬ ਤੁਹਾਡੇ ਮਨ ਦੇ ਵਿੱਚ ਕੀ ਹੈ ਸ਼ੋਅ ਦੇ ਵਿੱਚ ਆਉਣ ਦਾ ਮਕਸਦ, ਜੇ ਐਕਚੁਅਲੀ ਕਿਵੇਂ ਤਾਲਮੇਲ ਹੋਇਆ? ਟੈਲ ਟਰੂਥ ਟੂ ਪਬਲਿਕ। ਥੈਂਕ ਯੂ ਸੋ ਮਚ, ਆਈ ਲਾਈਕ ਟੂ ਹੱਗ ਯੂ ਦੈਟ। ਥੈਂਕ ਯੂ ਸੋ ਮਚ, ਯਾ ਗ੍ਰੇਟ, ਸੋ ਵੈਰੀ ਗੁੱਡ, ਯੂ ਆਰ ਸੋ ਸਵੀਟ, ਸੋ ਆਈ ਫੀਲ ਸੋ ਕੰਫਰਟੇਬਲ ਟਾਕ ਟੂ ਯੂ। ਸਮ ਟਾਈਮ ਆਈ ਫੀਲ ਡਿਫਰੈਂਟ ਵੇ, ਕਿ ਮੈਂ ਅੱਜ ਕੰਫਰਟੇਬਲ ਕਿਉਂ ਮਹਿਸੂਸ ਕੀਤਾ ਕਿ ਤੁਸੀਂ ਯੂ ਕੈਨ ਮੇਕ ਬਾਡੀ ਦੈਟ ਵੇ। ਐਗਜ਼ੈਕਟਲੀ। ਤੁਸੀਂ ਜੰਪ ਕਰ ਜਾਂਦੇ ਹੋ ਜੀ, ਟੈਲ ਮੀ ਅਬਾਊਟ ਯੂਰ ਬੈਕਗ੍ਰਾਉਂਡ, ਹਾਊ ਯੂ ਫਿਟ, ਇਹਨੇ ਤੁਸੀਂ ਫਿਟ ਫੈਟ ਕਿਉਂ ਹੋ? ਫਿਟ ਫੈਟ ਕਹਿੰਦੇ ਹੋ? ਮੈਂ 84 ਕੇਜੀ ਸੀਗੀ, ਐਂਡ ਮੈਂ 3 ਮਹੀਨਿਆਂ ਚ ਆਪਣਾ ਵੇਟ 52 ਕੇਜੀ ਕੀਤਾ। ਹਾਊ ਯੂ ਡਿਡ ਇਟ? ਬਹੁਤ ਜ਼ਿਆਦਾ ਜਿਮ ਕੀਤਾ, ਹਾਰਡ ਵਰਕ ਕੀਤਾ, ਡਾਈਟ ਕੰਟਰੋਲ ਕੀਤੀ। ਓ ਆਈ ਸੀ, ਕਿੰਨੇ ਪਾਉਂਡ ਘਟਾਇਆ ਹੈ? ਪਰ 80 ਮੈਨੂੰ ਲਾਈਕ ਪਾਉਂਡ ਵਿੱਚ ਨਹੀਂ ਪਤਾ, ਬਟ ਮੈਨੂੰ ਪਤਾ ਹੈ ਲਾਈਕ ਕੇਜੀਸ ਵਿੱਚ ਪਤਾ। ਕੇਜੀ ਪਤਾ? ਨੋ ਪ੍ਰੋਬਲਮ। ਸੋ ਆਈ ਕਾਂਟ, ਆਮ ਟੂ ਵੀਕ ਟੂ ਕੈਲਕੂਲੇਟ ਇਨ। ਮੇਰੇ ਫਰੈਂਡਸ ਦੀ ਇੱਕ ਰਿਕੁਐਸਟ ਹੈ, ਜਿਹੜਾ ਤੁਸੀਂ ਕਮ ਔਨ ਬੇਬੀ ਹੈਪੀ ਨਿਊ ਇਅਰ ਬੋਲਦੇ ਹੋ, ਉਹ ਬੋਲ ਕੇ ਦਿਖਾ ਦਿਓ। ਹਾਂ, ਬਿਫੋਰ ਜੂਲੀ। ਹਾਂਜੀ, ਸ਼ੋਰ, ਫਾਰ ਸ਼ੋਰ, ਕਮ ਔਨ।